ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਂ ਮੀਂਹ ਪੈ ਰਿਹਾ, ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਮੌਨਸੂਨ ਦੀ ਪਹਿਲੀ ਬਰਸਾਤ ਆ ਚੁੱਕੀ ਹੈ, ਲੋਕਾਂ ਦੇ ਚਿਹਰੇ ਖਿਲ ਚੁੱਕੇ ਨੇ, ਤਪਦੀ ਗਰਮੀ ਤੋਂ ਰਾਹਤ ਮਿਲੀ ਹੈ। ਕਈ ਦਿਨਾਂ ਤੋਂ ਗਰਮੀ ਨੇ ਵੱਟ ਕੱਢ ਰੱਖੇ ਸੀ, ਤਾਂ ਹੁਣ ਮੌਨਸੂਨ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਕੱਲ੍ਹ ਤੋਂ ਸਰਕਾਰੀ ਸਕੂਲ ਵੀ ਲੱਗਣ ਜਾ ਰਹੇ ਨੇ, ਜਿਸ ਦੇ ਚੱਲਦੇ ਸਕੂਲਾਂ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਬੰਨੇ ਪੰਛੀ ਜੀਵ ਜੰਤੂ ਜੋ ਕਿ ਅੱਤ ਦੀ ਗਰਮੀ ਦੇ ਨਾਲ ਜੂਝ ਰਹੇ ਸੀ, ਉਹਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਮੀਂਹ ਆ ਸਕਦਾ, ਅੰਮ੍ਰਿਤਸਰ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਆਈ ਹੈ। ਪਸ਼ੂ ਪੰਛੀਆਂ ਨੂੰ ਵੀ ਇਸ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ, ਜਿਸ ਕਰਕੇ ਲੋਕਾਂ ਦੇ ਕੰਮਾਂ ਤੇ ਪ੍ਰਭਾਵ ਪਿਆ, ਜਨਜੀਵਨ ਪ੍ਰਭਾਵਿਤ ਹੋਇਆ। ਪਰ ਹੁਣ ਮੌਸਮ ਸੁਹਾਵਣਾ ਹੋ ਚੁੱਕਿਆ, ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ। ਅੰਮ੍ਰਿਤਸਰ ਦੇ ਵਿੱਚ ਲਗਾਤਾਰ ਸਵੇਰ ਤੋਂ ਮੀਂਹ ਪੈ ਰਿਹਾ। ਮੀਂਹ ਦੀ ਕਾਫੀ ਜਾਂਦ ਉਡੀਕ ਸੀ, ਅੱਜ ਚਾਰ ਸਾਲ ਹੋ ਗਈ ਹੈ ਪੂਰੀ, ਝੋਨੇ ਜਿਹੜੇ ਨਹੀਂ ਲੱਗਣ ਦੇ, ਹੁਣ ਇਹ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਹੈ। ਕਿੰਨੀ ਰਾਤ ਮਿਲੀ ਲੋਕਾਂ ਨੂੰ ਜਰਾ? ਉਹਨਾਂ ਕਾਫੀ ਰਾਤ ਮਿਲੇਗੀ, ਇਹ ਆ ਵੀ ਰਾਤ ਗਰਮੀ ਤੋਂ ਵੀ ਰਾਤ ਮਿਲੇਗੀ ਸਾਰੇ ਕੰਮਾਂ ਦੇ। ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊਗਾ? ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ ਜੀ, ਝੋਨਾ ਲੱਗਣ ਨਹੀਂ ਰਿਹਾ, ਝੋਨਾ ਅੱਜ ਤੋਂ ਸ਼ੁਰੂ, ਇਹਨਾਂ ਤੋਂ ਸ਼ੁਰੂ ਹੋਇਆ ਪਰ ਕਈਆਂ ਦਾ ਰਹਿ ਰਿਹਾ ਜੀ। ਕਿੰਨੇ ਕੁ ਵਜੇ ਬਾਰਿਸ਼ ਸ਼ੁਰੂ ਹੋਈ, ਕਿੰਨੀ ਕੁ ਪੈ ਗਈ ਹੁਣ ਤੱਕ ਜੇ ਬਾਰਿਸ਼ ਸਮਾਜ? ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਹੈ, ਹੁਣ ਤਾਂ ਕਾਫੀ ਅਜੇ ਤਾਂ ਖੜੀ ਨਹੀਂ ਹੋਈ, ਪੂਰੀ ਪੈ ਰਹੀ ਹੈ। ਗਰਮੀ ਤੋਂ ਬਹੁਤ ਰਾਹਤ ਮਿਲੀ ਆ, ਪਸ਼ੂ ਪੰਛੀ ਡੰਗਰਾਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ, ਗਰਮੀ ਤੋਂ ਬਿਮਾਰੀਆਂ ਬਹੁਤ ਵੱਧ ਗਈਆਂ ਸੀ, ਅਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ, ਸਾਰੀ ਪਬਲਿਕ ਨੂੰ, ਸਾਰੀ ਦੁਨੀਆਂ ਨੂੰ। ਕਿਸਾਨਾਂ ਵਾਲਾ ਨੂੰ ਬਹੁਤ ਫਾਇਦਾ ਹੋਇਆ ਜੀ, ਝੋਨੇ ਦੀ ਬੱਤੀ ਜਾ ਰਹੀ ਸੀ, ਬੱਤੀ ਆ ਨਹੀਂ ਰਹੀ, ਰਾਤ ਨੂੰ ਬੰਦ, ਦਿਨੇ ਬੰਦ, ਕੱਟ ਲਾਉਂਦੇ ਸੀ ਜੀ, ਅਤੇ ਹੁਣ ਮਤਲਬ ਦੁਨੀਆਂ ਝੋਨਾ ਸੌਖਾ ਲੱਗ ਜਾਏਗਾ ਜੀ। ਦੁਕਾਨਦਾਰਾਂ ਨੂੰ ਕਿੰਨਾ ਫਾਇਦਾ ਹੋਊਗਾ? ਦੁਕਾਨਦਾਰਾਂ ਨੂੰ ਜੀ ਥੋੜ੍ਹਾ ਮੰਦਾ ਪੈ ਜਾਂਦਾ ਜੀ, ਕੰਮ ਕੁੰਮ ਤੇ ਗਰਮੀ 'ਚ ਅੱਗੇ ਗਾਹ ਘੱਟ ਨਿਕਲਦੇ ਸੀ, ਅਤੇ ਹੁਣ ਗਰਮੀ 'ਚ ਥੋੜ੍ਹਾ ਪਤਾ ਰਾਤ ਮਿਲੇਗੀ, ਦੁਨੀਆਂ ਨੂੰ ਪੈਸਾ ਆਏਗਾ, ਚੱਲੇਗਾ, ਤਾਂ ਫਿਰ ਕੰਮ ਤੁਰੇ ਝੋਨਾ ਲੱਗੇਗਾ ਜੀ। ਕਿੰਨਾ ਕੁ ਬਾਰਿਸ਼ ਹੋਈ ਆ ਜੇ ਏਰੀਏ ਦੇ ਵਿੱਚ? ਬਾਰਿਸ਼ ਅੱਜ ਬਹੁਤ ਜ਼ਿਆਦਾ ਜੀ, ਪੁਰਾਣੇ 4 ਤੋਂ ਸ਼ੁਰੂ ਹੋਈ ਜੇ, ਅਤੇ ਹੁਣ ਵੇਖੋ 7-8 ਵੱਜ ਚੱਲੇ ਜੇ, ਬਾਅਦ ਧੰਨ ਧੰਨ ਹੋ ਗਈ ਹੈ, ਪਾਣੀ ਪਾਣੀ ਹੋ ਗਿਆ ਜੀ ਪੈਲੀਆਂ 'ਚ ਵੀ, ਅਤੇ ਬਾਜ਼ਾਰਾਂ 'ਚ ਵੀ, ਅਤੇ ਸ਼ਹਿਰ 'ਚ ਵੀ। ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਂ ਮੀਂਹ ਪੈ ਰਿਹਾ, ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਮੌਨਸੂਨ ਦੀ ਪਹਿਲੀ ਬਰਸਾਤ ਆ ਚੁੱਕੀ ਹੈ, ਲੋਕਾਂ ਦੇ ਚਿਹਰੇ ਖਿਲ ਚੁੱਕੇ ਨੇ, ਤਪਦੀ ਗਰਮੀ ਤੋਂ ਰਾਹਤ ਮਿਲੀ ਹੈ। ਕਈ ਦਿਨਾਂ ਤੋਂ ਗਰਮੀ ਨੇ ਵੱਟ ਕੱਢ ਰੱਖੇ ਸੀ, ਤਾਂ ਹੁਣ ਮੌਨਸੂਨ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਕੱਲ੍ਹ ਤੋਂ ਸਰਕਾਰੀ ਸਕੂਲ ਵੀ ਲੱਗਣ ਜਾ ਰਹੇ ਨੇ, ਜਿਸ ਦੇ ਚੱਲਦੇ ਸਕੂਲਾਂ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਬੰਨੇ ਪੰਛੀ ਜੀਵ ਜੰਤੂ ਜੋ ਕਿ ਅੱਤ ਦੀ ਗਰਮੀ ਦੇ ਨਾਲ ਜੂਝ ਰਹੇ ਸੀ, ਉਹਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਮੀਂਹ ਆ ਸਕਦਾ, ਅੰਮ੍ਰਿਤਸਰ ਦੇ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਆਈ ਹੈ। ਪਸ਼ੂ ਪੰਛੀਆਂ ਨੂੰ ਵੀ ਇਸ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਸੀ, ਜਿਸ ਕਰਕੇ ਲੋਕਾਂ ਦੇ ਕੰਮਾਂ ਤੇ ਪ੍ਰਭਾਵ ਪਿਆ, ਜਨਜੀਵਨ ਪ੍ਰਭਾਵਿਤ ਹੋਇਆ। ਪਰ ਹੁਣ ਮੌਸਮ ਸੁਹਾਵਣਾ ਹੋ ਚੁੱਕਿਆ, ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ। ਅੰਮ੍ਰਿਤਸਰ ਦੇ ਵਿੱਚ ਲਗਾਤਾਰ ਸਵੇਰ ਤੋਂ ਮੀਂਹ ਪੈ ਰਿਹਾ। ਮੀਂਹ ਦੀ ਕਾਫੀ ਜਾਂਦ ਉਡੀਕ ਸੀਗੀ, ਅੱਜ 4 ਸਾਲ ਹੋ ਗਈ ਹੈ ਪੂਰੀ, ਝੋਨੇ ਜਿਹੜੇ ਨਹੀਂ ਲੱਗਣ ਦੇ, ਹੁਣ ਇਹ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਹੈ,
ਕਿੰਨੀ ਰਾਹਤ ਮਿਲ ਗਈ ਲੋਕਾਂ ਨੂੰ ਜਨਾਬ? ਉਹਨਾਂ ਕਾਫੀ ਰਾਹਤ ਮਿਲੇਗੀ, ਇਹ ਆ ਵੀ ਰਾਹਤ ਗਰਮੀ ਤੋਂ ਵੀ ਰਾਹਤ ਮਿਲੇਗੀ ਸਾਰੇ ਕੰਮਾਂ ਦੇ। ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊਗਾ? ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ ਜੀ, ਝੋਨਾ ਲੱਗਣ ਨਹੀਂ ਡਿਆ, ਝੋਨਾ ਅੱਜ ਤੋਂ ਸ਼ੁਰੂ, ਪਹਿਲਾਂ ਤਾਂ ਸ਼ੁਰੂ ਹੋਇਆ ਪਰ ਕਈਆਂ ਦਾ ਰਹਿ ਰਿਹਾ ਹੈ। ਕਿੰਨੇ ਕੁ ਵਜੇ ਬਾਰਿਸ਼ ਸ਼ੁਰੂ ਹੋਈ, ਕਿੰਨੀ ਕੁ ਪੈ ਗਈ ਹੁਣ ਤੱਕ ਜੇ ਬਾਰਿਸ਼ ਸਮਾਂ ਚੱਕ? ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਹੈ, ਹੁਣ ਤਾਂ ਕਾਫੀ ਅਜੇ ਤਾਂ ਖੜੀ ਨਹੀਂ ਹੈ, ਪੂਰੀ ਪੈ ਰਹੀ ਹੈ। ਗਰਮੀ ਤੋਂ ਬਹੁਤ ਰਾਹਤ ਮਿਲੀ ਆ ਪਸ਼ੂ ਪੰਛੀ ਡੰਗਰਾਂ ਦਾ, ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ, ਗਰਮੀ ਤੋਂ ਬਿਮਾਰੀਆਂ ਬਹੁਤ ਵੱਧ ਗਈਆਂ ਸੀ, ਅਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ, ਸਾਰੀ ਪਬਲਿਕ ਨੂੰ, ਸਾਰੀ ਦੁਨੀਆਂ ਨੂੰ। ਕਿਸਾਨਾਂ ਵਾਲਿਆਂ ਨੂੰ ਬਹੁਤ ਫਾਇਦਾ ਹੋਇਆ ਜੀ, ਝੋਨੇ ਦੀ ਬੱਤੀ ਜਾ ਰਹੀ ਸੀ, ਬੱਤੀ ਆ ਨਹੀਂ ਰਹੀ, ਰਾਤ ਨੂੰ ਬੰਦ, ਦਿਨੇ ਬੰਦ, ਕੱਟ ਲਾ ਦਿੰਦੇ ਸੀ ਜੀ, ਅਤੇ ਹੁਣ ਮਤਲਬ ਦੁਨੀਆ ਝੋਨਾ ਸੌਖਾ ਲੱਗ ਜਾਏਗਾ ਜੀ। ਦੁਕਾਨਦਾਰਾਂ ਨੂੰ ਕਿੰਨਾ ਫਾਇਦਾ ਹੋਊਗਾ? ਦੁਕਾਨਦਾਰਾਂ ਨੂੰ ਜੀ ਥੋੜ੍ਹਾ ਮੰਦਾ ਪੈ ਜਾਂਦਾ ਜੀ, ਕੰਮ ਕੁੰਮ ਤੇ ਗਰਮੀ 'ਚ ਅੱਗੇ ਗਾਹ ਘੱਟ ਨਿਕਲਦੇ ਸੀ, ਅਤੇ ਹੁਣ ਗਰਮੀ 'ਚ ਥੋੜ੍ਹਾ ਪਤਾ ਰਾਤ ਮਿਲੇਗੀ, ਦੁਨੀਆਂ ਨੂੰ ਪੈਸਾ ਆਏਗਾ, ਚੱਲੇਗਾ ਤਾਂ ਫਿਰ ਕੰਮ ਤੁਰੇ ਝੋਨਾ ਲੱਗੇਗਾ ਜੀ। ਕਿੰਨਾ ਕੁ ਬਾਰਿਸ਼ ਹੋਈ ਆ ਜੇ ਏਰੀਏ ਦੇ ਵਿੱਚ? ਬਾਰਿਸ਼ ਅੱਜ ਬਹੁਤ ਜ਼ਿਆਦਾ ਜੀ, ਪੌਣੇ 4 ਤੋਂ ਸ਼ੁਰੂ ਹੋਈ ਜੇ, ਅਤੇ ਹੁਣ ਵੇਖੋ 7-8 ਵੱਜ ਚੱਲੇ ਜੇ, ਬਾਅਦ ਧੰਨ ਧੰਨ ਹੋ ਗਈ ਹੈ, ਪਾਣੀ ਪਾਣੀ ਹੋ ਗਿਆ ਜੀ ਪੈਲੀਆਂ 'ਚ ਵੀ, ਅਤੇ ਬਾਜ਼ਾਰਾਂ 'ਚ ਵੀ, ਅਤੇ ਸ਼ਹਿਰ 'ਚ ਵੀ।